ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜ਼ਿੰਦਗੀ ਦੀਆਂ ਕੁਝ ਸੱਚੀਆਂ ਅਤੇ ਖਰੀਆਂ ਗੱਲਾਂ। ਵੀਡੀਓ ਪੂਰੀ ਦੇਖਣਾ। ਸਭ ਦੀ ਅਸਲੀਅਤ ਤੋਂ ਜਾਣੂ ਹਾਂ, ਅਸੀਂ ਚੁੱਪ ਜ਼ਰੂਰ ਹਾਂ ਪਰ ਅੰਨੇ ਨਹੀਂ। ਅੱਜ ਕੱਲ੍ਹ ਖੁਸ਼ ਉਹੀ ਇਨਸਾਨ ਹੈ ਜੋ ਦੂਸਰਿਆਂ ਤੋਂ ਨਹੀਂ ਬਲਕਿ ਸਿਰਫ ਆਪਣੇ ਆਪ ਤੱਕ ਮਤਲਬ ਰੱਖਦਾ ਹੈ। ਕੁਝ ਲੋਕ ਤਾਂ ਸਾਡੇ ਇੰਨੇ ਸ਼ੁਭ ਚਿੰਤਕ ਹੁੰਦੇ ਨੇ ਕਿ ਸਾਡਾ ਚੰਗਾ ਹੁੰਦਾ ਵੇਖ ਕੇ ਹੀ ਚਿੰਤਾ ਕਰਨ ਲੱਗ ਜਾਂਦੇ ਨੇ। ਜ਼ਿੰਦਗੀ ਵਿੱਚ ਕੁਝ ਚੰਗੇ ਦੋਸਤਾਂ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਹਰ ਵਕਤ ਮੁਹੱਬਤ ਸਾਥ ਨਹੀਂ ਦਿੰਦੀ। ਕੁਝ ਇੱਦਾਂ ਦਾ ਹੋ ਰਿਹਾ ਹੈ ਰਿਸ਼ਤਿਆਂ ਦਾ ਵਿਸਥਾਰ, ਜਿਸ ਤੋਂ ਜਿੰਨਾ ਮਤਲਬ ਉਸ ਨਾਲ ਓਨਾ ਹੀ ਪਿਆਰ। ਸਹੀ ਫੈਸਲਾ ਵੀ ਗਲਤ ਹੋ ਜਾਂਦਾ ਹੈ ਜੇਕਰ ਉਹ ਦੇਰ ਨਾਲ ਲਿਆ ਗਿਆ ਹੋਵੇ। ਜਿਸ ਵਿੱਚ ਨੁਕਸਾਨ ਸਹਿਣ ਦੀ ਤਾਕਤ ਹੁੰਦੀ ਹੈ ਉਹੀ ਮੁਨਾਫ਼ਾ ਕਮਾ ਸਕਦਾ ਹੈ, ਫਿਰ ਚਾਹੇ ਉਹ ਕਾਰੋਬਾਰ ਹੋਵੇ ਜਾਂ ਫਿਰ ਰਿਸ਼ਤਾ। ਦੁਨੀਆ 'ਚ ਭਾਵੇਂ ਹਜ਼ਾਰ ਰਿਸ਼ਤੇ ਬਣਾਓ ਪਰ ਇੱਕ ਰਿਸ਼ਤਾ ਇਹੋ ਜਿਹਾ ਵੀ ਬਣਾਓ ਕਿ ਜਦੋਂ ਉਹ ਹਜ਼ਾਰ ਤੁਹਾਡੇ ਖਿਲਾਫ਼ ਹੋਣ ਤਾਂ ਉਸ ਵੇਲੇ ਉਹ ਇੱਕ ਤੁਹਾਡੇ ਨਾਲ ਖੜ੍ਹਾ ਰਹੇ। ਕਿੰਨੇ ਅਜੀਬ ਨੇ ਲੋਕ, ਇੱਕ ਗੱਲ ਨੂੰ ਫੜ ਕੇ ਇਨਸਾਨ ਨੂੰ ਛੱਡ ਦਿੰਦੇ ਨੇ। ਕਿਸੇ ਵੀ ਜ਼ਿੰਦਗੀ ਵਿੱਚ ਜੇਕਰ ਤੁਹਾਨੂੰ ਵਾਰ ਵਾਰ ਜਲੀਲ ਕੀਤਾ ਜਾਂਦਾ ਹੈ ਤਾਂ ਉਸ ਦੀ ਜ਼ਿੰਦਗੀ ਵਿੱਚੋਂ ਤੁਸੀਂ ਇਸ ਤਰ੍ਹਾਂ ਨਿਕਲ ਜਾਵੋ ਕਿ ਜਿਵੇਂ ਕਿਤੇ ਹੈ ਹੀ ਨਹੀਂ ਸੀ। ਗੁੱਸਾ ਵੀ ਉਸ ਇਨਸਾਨ 'ਤੇ ਕਰੋ ਜਿਸ ਉੱਪਰ ਤੁਹਾਨੂੰ ਯਕੀਨ ਹੋਵੇ ਕਿ ਉਹ ਤੁਹਾਨੂੰ ਮਨਾ ਲਵੇਗਾ। ਰੋਣ ਨਾਲ ਦਰਦ ਖਤਮ ਨਹੀਂ ਹੁੰਦਾ ਪਰ ਦਿਲ ਨੂੰ ਸਕੂਨ ਜ਼ਰੂਰ ਮਿਲਦਾ ਹੈ। ਰਿਸ਼ਤੇ ਨਿਭਾਉਣ ਲਈ ਖੂਬਸੂਰਤ ਨਹੀਂ ਬਲਕਿ ਸਮਝਦਾਰ ਸਾਥੀ ਦੀ ਜ਼ਰੂਰਤ ਹੁੰਦੀ ਹੈ। ਹੰਕਾਰ ਵੀ ਸੁਭਾਵਿਕ ਹੈ ਜਦੋਂ ਗੱਲਾਂ ਅਧਿਕਾਰ ਚਰਿੱਤਰ ਅਤੇ ਸਨਮਾਨ ਦੀਆਂ ਹੋਣ। ਜ਼ਿੰਦਗੀ ਵਿੱਚ ਪੈਸੇ ਅਤੇ ਪਾਵਰ ਨੂੰ ਨਹੀਂ ਬਲਕਿ ਸੁਭਾਅ ਦੇ ਸੰਬੰਧਾਂ ਨੂੰ ਅਹਿਮੀਅਤ ਦੇਣੀ ਚਾਹੀਦੀ ਹੈ। ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਮੇਰੇ ਨਾਲ ਕੀ ਹੋ ਰਿਹਾ ਇਹ ਸੋਚਣ ਨਾਲੋਂ ਮੈਂ ਕੀ ਕਰ ਰਿਹਾ ਇਹ ਸੋਚਣਾ ਸ਼ੁਰੂ ਕਰ ਦਿਓ। ਇੱਕ ਮਾਂ ਦਾ ਪਿਆਰ ਸੱਚਾ ਹੁੰਦਾ ਹੈ, ਹੋਰਾਂ ਦੀਆਂ ਤਾਂ ਸ਼ਰਤਾਂ ਹੀ ਬਹੁਤ ਹੁੰਦੀਆਂ ਨੇ। ਜਦੋਂ ਜ਼ਿੰਦਗੀ ਦੀ ਗੱਡੀ ਸਹੀ ਪਟੜੀ 'ਤੇ ਹੁੰਦੀ ਹੈ ਤਾਂ ਸਾਰੇ ਨਾਲ ਹੁੰਦੇ ਨੇ, ਜਦੋਂ ਥੋੜ੍ਹਾ ਜਿਹਾ ਰਸਤਾ ਖਰਾਬ ਹੋਵੇ ਤਾਂ ਕੋਈ ਵੀ ਸਾਥ ਨਹੀਂ ਦਿੰਦਾ। ਚਾਹੁਣ ਵਾਲੇ ਤਾਂ ਹਜ਼ਾਰ ਮਿਲ ਜਾਣਗੇ ਪਰ ਪਰਵਾਹ ਕਰਨ ਵਾਲਾ ਹਰ ਕੋਈ ਨਹੀਂ ਹੁੰਦਾ। ਦੋਸਤੀ ਦੇ ਬਾਅਦ ਮੁਹੱਬਤ ਹੋ ਸਕਦੀ ਹੈ ਪਰ ਮੁਹੱਬਤ ਦੇ ਬਾਅਦ ਦੋਸਤੀ ਕਦੇ ਨਹੀਂ ਹੋ ਸਕਦੀ ਕਿਉਂਕਿ ਦਵਾਈ ਮਰਨ ਤੋਂ ਪਹਿਲਾਂ ਕੰਮ ਆਉਂਦੀ ਹੈ, ਮਰਨ ਤੋਂ ਬਾਅਦ ਨਹੀਂ। ਹਮ ਸਫ਼ਰ ਚਾਹੇ ਗਰੀਬ ਹੋਵੇ ਪਰ ਚੰਗਾ ਹੋਣਾ ਚਾਹੀਦਾ ਹੈ ਜੋ ਤੁਹਾਡੀ ਇੱਜ਼ਤ ਕਰੇ, ਕਿਉਂਕਿ ਗਰੀਬੀ ਤਾਂ ਹੰਢਾਈ ਜਾ ਸਕਦੀ ਹੈ ਪਰ ਇੱਕ ਬੁਰੇ ਇਨਸਾਨ ਨਾਲ ਜ਼ਿੰਦਗੀ ਜਿਉਣਾ ਬਹੁਤ ਮੁਸ਼ਕਲ ਹੁੰਦਾ ਹੈ। ਕਦੇ ਚਿੱਠੀ, ਕਦੇ ਰੱਖੜੀ, ਕਦੇ ਮਨੀ ਆਰਡਰ ਆਉਂਦੇ ਸੀ। ਉਹ ਦਿਨ ਹੋਰ ਹੀ ਸੀ ਜਦੋਂ ਡਾਕੀਏ ਖੁਸ਼ੀਆਂ ਲੈ ਕੇ ਆਉਂਦੇ ਸੀ। ਸਮੁੰਦਰ ਜਿਹੀ ਹੈ ਸਾਡੀ ਪਹਿਚਾਣ, ਉੱਪਰੋਂ ਚੁੱਪ ਚਾਪ
ਪਰ ਅੰਦਰ ਤੋਂ ਤੂਫਾਨ। ਜ਼ਰੂਰੀ ਨਹੀਂ ਕਿ ਸਾਰੇ ਸਬਕ ਕਿਤਾਬਾਂ ਤੋਂ ਹੀ ਸਿੱਖੀਏ, ਕੁਝ ਸਬਕ ਜ਼ਿੰਦਗੀ ਦੇ ਰਿਸ਼ਤੇ ਵੀ ਸਿਖਾ ਦਿੰਦੇ ਨੇ। ਹਰ ਇੱਕ ਇਨਸਾਨ ਵਿੱਚ ਕੋਈ ਨਾ ਕੋਈ ਖਾਸੀਅਤ ਜ਼ਰੂਰ ਹੁੰਦੀ ਹੈ, ਪਰ ਲੋਕ ਦੂਸਰੇ ਜਿਹਾ ਬੰਨ ਵਿੱਚ ਖਤਮ ਕਰ ਦਿੰਦੇ ਨੇ। ਸੋਚ ਜੇਕਰ ਵਧੀਆ ਹੋਵੇ ਤਾਂ ਸਭ ਕੁਝ ਸੋਹਣਾ ਨਜ਼ਰ ਆਉਂਦਾ ਹੈ। ਅੱਜ ਆਪਣੇ ਅੱਜ ਨੂੰ ਇਹ ਸੋਚ ਕੇ ਬਰਬਾਦ ਨਾ ਕਰੋ ਕਿ ਮੇਰੇ ਕੋਲ ਬਹੁਤ ਸਾਰੇ ਕੱਲ੍ਹ ਨੇ। ਇਹ ਕਿਸੇ ਇਨਸਾਨ ਦੇ ਨਾਲ ਇੰਨਾ ਗਲਤ ਨਾ ਕਰਿਓ ਕਿ ਉਸ ਨਾਲ ਕੀਤੇ ਧੋਖੇ ਦਾ ਪਛਤਾਵਾ ਤੁਹਾਨੂੰ ਸਾਰੀ ਜ਼ਿੰਦਗੀ ਕਰਨਾ ਪਵੇ। ਸਸਤੀਆਂ ਚੀਜ਼ਾਂ ਅਤੇ ਘਟੀਆ ਲੋਕ ਸ਼ੁਰੂ ਵਿੱਚ ਹਮੇਸ਼ਾ ਚੰਗੇ ਹੀ ਲੱਗਦੇ ਨੇ। ਜ਼ਿੰਦਗੀ ਨੇ ਇੱਕ ਗੱਲ ਸਿਖਾਈ ਹੈ, ਦੋਸਤੀ ਕਰੋ ਜਾਂ ਪਿਆਰ ਕਰੋ, ਕਿਸੇ ਤੋਂ ਨਾ ਕਰੋ। ਮੁਕੰਮਲ ਕਿੱਥੇ ਹੁੰਦੀ ਹੈ ਕਿਸੇ ਦੀ ਜ਼ਿੰਦਗੀ? ਬੰਦਾ ਕੁਝ ਨਾ ਕੁਝ ਗਵਾਉਂਦਾ ਹੀ ਰਹਿੰਦਾ ਹੈ, ਕੁਝ ਨਾ ਕੁਝ ਪਾਉਣ ਦੇ ਲਈ। ਜਿਨ੍ਹਾਂ ਨੂੰ ਪਤਾ ਹੈ ਇਕੱਲਾਪਣ ਕੀ ਹੁੰਦਾ ਹੈ, ਉਹ ਹਮੇਸ਼ਾ ਦੂਸਰਿਆਂ ਲਈ ਹਾਜ਼ਰ ਰਹਿੰਦੇ ਨੇ। ਅਕਸਰ ਉਹਨਾਂ ਦੇ ਹੀ ਦਿਲ ਟੁੱਟਦੇ ਨੇ ਜੋ ਦੂਸਰਿਆਂ ਦਾ ਦਿਲ ਰੱਖਣ ਦੀ ਕੋਸ਼ਿਸ਼ ਵਿੱਚ ਰਹਿੰਦੇ ਨੇ। ਗੱਲ ਥੋੜ੍ਹੀ ਕੌੜੀ ਹੈ ਪਰ ਸੱਚੀ ਹੈ। ਇਸ ਦੁਨੀਆਂ ਵਿੱਚ ਦਰਦ ਛਪਾਉਣਾ ਸਿੱਖ ਗਿਆ ਜੋ, ਸੱਚ ਜਾਣਿਓ ਉਹ ਜਿਉਣਾ ਹੀ ਸਿੱਖ ਗਿਆ। ਕਿਸੇ ਨੂੰ ਦਰਦ ਦੱਸ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ। ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਔਨ ਰੱਖਣਾ ਤਾਂ ਜੋ ਨਵੀਂ ਵੀਡੀਓ ਵੀ ਦੇਖ ਸਕੋ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ।